ਦੋਸਤੋ ਸਵਾਗਤ ਅੱਜ ਦੀ ਵੀਡੀਓ ਦੇ ਵਿੱਚ। ਅੱਜ ਲੈ ਕੇ ਆਏ ਵੀ ਥੋੜ੍ਹੀ ਲੈਫਟ ਵਾਲੀ ਟਰਾਲੀ ਹੈ, 11x6 ਦੀ ਟਰਾਲੀ ਹੈ, ਜਗਰਾਵਾਂ ਦੀ ਬਣੀ ਹੋਈ ਹੈ। ਬਾਕੀ ਟਰਾਲੀ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਤੁਸੀਂ, ਬਾਕੀ ਵਿੱਚੋਂ ਦੇਖ ਸਕਦੇ ਬਿਲਕੁਲ ਸਾਫ਼ ਸੁਥਰੀ ਟਰਾਲੀ ਹੈ, ਹੈਵੀ ਟਰਾਲੀ ਹੈ ਜੀ, ਪੂਰੀ ਸਿੰਗਲ ਟਾਇਰਾਂ ਦੇ ਵਿੱਚ ਬੇਦਾਗ ਟਾਇਰ ਨੇ ਜਿਹੜੇ ਟਰਾਲੀ ਦੇ। ਬਾਕੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ, ਟਾਟਾ ਸੇਫ ਦਾ ਮਾਲ ਲੱਗਿਆ ਹੋਇਆ ਟਰਾਲੀ ਨੂੰ, ਥੱਲੇ ਤੋਂ ਵੀ ਦੇਖ ਸਕਦੇ ਹੋ ਬੱਤਾ ਵਗੈਰਾ ਫੁੱਲ ਹੈਵੀ ਲੱਗਿਆ ਹੋਇਆ ਟਰਾਲੀ ਨੂੰ, ਪੁਰਾਣੀ ਟਰਾਲੀ ਹੈ। ਬਾਕੀ ਕੰਡੀਸ਼ਨ ਦੇਖ ਸਕਦੇ ਹੋ ਟਰਾਲੀ ਦੀ, ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਲਦੀ ਜਲਦੀ ਨੂੰ। ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਟਰਾਲੀ, ਉੱਤੋਂ ਕੋਈ ਟੁੱਟ ਭੱਜ ਨਹੀਂ ਟਰਾਲੀ ਦੀ। ਬਾਕੀ ਵਿੱਚੋਂ ਫਰਸ਼ ਵਗੈਰਾ ਤੋਂ ਦੇਖ ਸਕਦੇ ਹੋ, ਬਿਲਕੁਲ ਸਾਫ਼ ਸੁਥਰਾ ਫਰਸ਼ ਆ, ਬੈੱਡ ਪੰਗੇ ਸਮੇਤ ਹੈ। ਦੂਜੀ ਸਾਈਡ ਤੋਂ ਦੇਖ ਸਕਦੇ ਹੋ ਟਰਾਲੀ ਜੀ। ਵੀਰ ਪਿੰਡ ਕਿਹੜਾ ਆਪਣਾ? ਨਿੰਮ ਵਾਲਾ ਮੋੜ ਜੀ। ਨਿੰਮ ਵਾਲੇ ਮੋੜ ਵੀਰ ਦਾ ਪਿੰਡ ਹੈ, ਬਰਨਾਲਾ ਏਰੀਆ। ਕੰਟੈਕਟ ਨੰਬਰ ਕਿੰਨਾ? 99154 99154 9911 9911 ਵੀਰ ਦਾ ਕੰਟੈਕਟ ਨੰਬਰ ਹੈ, ਇਹਦੇ ਕੰਟੈਕਟ ਕਰਕੇ ਵੀਰ ਤੋਂ ਟਰਾਲੀ ਤੁਸੀਂ ਖਰੀਦ ਸਕਦੇ ਹੋ। ਬਾਕੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰਾਲੀ ਦੀ, ਬਿਲਕੁਲ ਓਕੇ ਕੰਡੀਸ਼ਨ ਹੈ। ਜਿਹੜੀ ਵੀਰ ਵੱਲੋਂ ਡਿਮਾਂਡ ਰੱਖੀ ਗਈ ਉਹ 1,35,000 ਰੁਪਏ ਰੱਖੀ ਗਈ ਹੈ। ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ, ਅਤੇ ਵੀਰ ਨਾਲ ਕੰਟੈਕਟ ਕਰਕੇ ਤੁਸੀਂ ਟਰਾਲੀ ਖਰੀਦ ਸਕਦੇ ਹੋ। ਬਾਕੀ ਰੇਟ ਦਾ ਮੌਕੇ 'ਤੇ ਘੱਟ ਵੱਧ ਹੋ ਜੂਗਾ ਵੀਰ। ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀਰ, ਧੰਨਵਾਦ ਵੀਰ।